ਅਤ ਦੀ ਪੈ ਰਹੀ ਗਰਮੀ ਤੋਂ ਬਾਅਦ ਇਸ ਸਾਲ ਦੇ ਮੌਨਸੂਨ ਦੀ ਪਹਿਲੀ ਬਰਸਾਤ ਨੇ ਦਸਤਕ ਦੇ ਦਿੱਤੀ ਔਰ ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ 3 ਦਿਨ ਅੱਜ 30 ਜੂਨ ਤੋਂ ਲੈ ਕੇ 2 ਜੁਲਾਈ ਤੱਕ 3 ਦਿਨ ਤੱਕ yellow alert ਜਾਰੀ ਕੀਤਾ ਗਿਆ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਦਿੱਤੀ ਗਈ ਹੈ ਸਾਡੇ ਨਾਲ ਇਸ ਵੇਲੇ ਮਨਮੋਹਨ ਸਿੰਘ ਜਿਹੜੇ ਕਿ ਡਾਇਰੈਕਟਰ ਨੇ ਮੌਸਮ ਵਿਭਾਗ ਦੇ ਉਹ ਸਾਡੇ ਨਾਲ ਹੀ ਗੱਲਬਾਤ ਕਰਾਂਗੇ ਸਰ ਦਸਤਕ ਦੇ ਦਿੱਤੀ ਹੈ ਕਿੰਨੀ ਕੁ ਬਾਰਿਸ਼ ਹੋਣ ਦਾ ਜਿਹੜਾ ਅਨੁਮਾਨ ਹੈ ਹਾਂ ਇਸ ਜਿਵੇਂ ਕਿ ਜੋ ਪਿਛਲੇ 24 ਘੰਟੇ ਦੇ ਵਿੱਚ بارش ਹੋਈ ਹੈ ਪੰਜਾਬ ਦੇ ਇਲਾਕੇ ਔਰ ਹਰਿਆਣਾ ਦੇ ਇਲਾਕਿਆਂ ਵਿੱਚ ਚੰਡੀਗੜ੍ਹ ਦੇ ਵਿੱਚ ਵੀ بارش ਹੋਈ ਹੈ ਔਰ ਬਾਕੀ ਜੋ ਮੌਨਸੂਨ ਹੈ ਕੱਲ ਉਹ ਆਪਣੇ ਹਿਮਾਚਲ ਵਿੱਚ ਕੱਲ ਹੀ ਪਹੁੰਚ ਗਿਆ ਸੀ ਲੇਕਿਨ ਜੋ ਪੰਜਾਬ ਦੇ ਜਿਹੜੇ ਈਸਟਰਨ ਪਾਰਟਸ ਆ ਜਿਹਦੇ ਵਿੱਚ ਆਪਣਾ ਡਿਸਟ੍ਰਿਕਟ ਪਠਾਨਕੋਟ ਸ਼ਰਪੁਰ ਰੋਪੜ ਔਰ ਆਸ ਦੇ ਆਸ-ਪਾਸ ਦੇ ਜਿਹੜੇ ਇਲਾਕੇ ਆਂਦੇ ਹੈ ਆਪਣੇ ਮੁਹਾਲੀ ਦਾ ਏਰੀਆ ਹੈ ਚੰਡੀਗੜ੍ਹ ਹੈ ਔਰ ਇਸੇ ਤਰ੍ਹਾਂ ਹਰਿਆਣਾ ਦੇ ਜਿਹੜੇ ਈਸਟਰਨ ਪਾਰਟ ਹੈ ਜਿਹਦੇ ਵਿੱਚ ਆਪਣਾ ਜੋ ਪੰਚਕੂਲਾ ਅੰਬਾਲਾ ਜਮਨਾਨਗਰ ਉਧਰ ਦੂਸਰਾ ਦੇਖਦੇ ਗੁੜगांव ਵਗੈਰਾ ਔਰ ਫਰੀਦাবাদ ਸਾਰੇ ਜੋ ਡਿਸਟ੍ਰਿਕਟਸ ਆਈਸਟਰਨ ਪਾਰਟ ਦੇ ਉਹ ਸਭ ਜਗ੍ਹਾ ਜਿਹੜਾ ਮੌਨਸੂਨ ਅੱਜ ਉੱਥੇ ਵੀ ਪਹੁੰਚ ਗਿਆ ਹੈ ਬਾਰਿਸ਼ ਅੱਛੀ ਹੋਈ ਹੈ ਰੂਪੜ ਦੇ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ 75 ਮਿਲੀਮੀਟਰ ਬਾਰਿਸ਼ ਅੱਜ ਮਾਰਨਿੰਗ ਦੇ ਵਿੱਚ ਰਿਕਾਰਡ ਕੀਤੀ ਗਈ ਤੇ ਜਿਹੜੀ ਇਹ ਬਾਰਿਸ਼ ਅਗਲੇ 2 ਦਿਨ ਤੱਕ ਹੋਰ ਚੱਲਣ ਦੀ ਉਮੀਦ ਹੈ ਇਸ ਦੇ ਵਿੱਚ ਅਸੀਂ ਕੁਝ ਇੱਕ ਲਾ ਕੇ ਅ橙 ਕਲਰ ਦੀ ਵਾਰਨਿੰਗ ਵੀ ਇਸ਼ੂ ਕੀਤੀ ਹੈ ਕਿਉਂਕਿ ਜੋ بارش ਆ ਕੁਝ ਇੱਕ ਜਗ੍ਹਾ ਹੈਵੀ بارش ਹੋ ਸਕਦੀ ਹੈ ਤੇ ਜਿਹਦੇ ਨਾਲ ਆਪਣੇ ਖੇਤਾਂ ਦੇ ਵਿੱਚ ਵਾਟਰ ਲੌਗਿੰਗ ਵੀ ਹੋ ਸਕਦਾ ਪਾਣੀ ਮਤਲਬ ਜਦੋਂ ਉਹ ਖੜਾ ਹੋ ਸਕਦਾ ਹੈ ਤੁਸੀਂ ਵਾਟਰ ਲੋਕਿੰਗ ਦੀ ਗੱਲ ਕੀਤੀ ਕਿਉਂਕਿ ਪੈਡਿਸਿਸਨ ਚੱਲ ਰਿਹਾ ਝੋਨੇ ਦੀ ਬਜਾਈ ਹੋਈ ਆ 15 ਦਿਨ ਪਹਿਲਾਂ ਹੀ ਹਰਿਆਣਾ ਤੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਹਲੇ ਹੁਣੇ ਬਜਾਈ ਹੋਈ ਆ ਜੇਕਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ yellow alert ਆ ਉਹ 2-3 ਦਿਨ ਜੇਕਰ ਬਿਨਾਂ ਰੁਕੇ ਇਸ ਤਰੀਕੇ ਨਾਲ ਤੇਜ਼ ਬਰਸਾਤ ਹੁੰਦੀ ਆ ਤਾਂ ਕਹਿ ਸਕਦਾ ਕਿ ਫਸਲ ਦੇ ਲਈ ਵੀ ਦਿੱਕਤ ਆ ਸਕਦੀ ਹੈ हां जी जिस तरह बारिश दा ਸਾਡੀ 익ਸਪੈਕਟਡ ਹੈ ਕਿ ਜੋ ਬਾਰਿਸ਼ ਆ ਉਹ 2 ਦਿਨ ਚੱਲੇਗੀ ਔਰ ਵਿੱਚ ਰੁਕ ਰੁਕ ਕੇ ਬਾਰਿਸ਼ ਹੋਏਗੀ ਕੰਟੀਨਿਊ ਬਾਰਿਸ਼ ਹੋਣ ਦੀ ਨਹੀਂ ਜ਼ਿਆਦਾ ਪ੍ਰੋਬੈਬਿਲਟੀ ਹੈ ਤਾਂ ਲੇਕਿਨ ਫਿਰ ਵੀ ਜਿਹੜਾ ਪਾਣੀ ਹੈ ਜਦੋਂ ਬਾਰਿਸ਼ ਤੇਜ਼ ਹੁੰਦੀ ਹੈ ਹੈਵੀ ਸ਼ਾਵਰ ਹੁੰਦਾ ਤੇ ਬਾਰਿਸ਼ ਪੇ ਪਿਛਲੇ 2 ਦਿਨ ਤੋਂ ਵੀ ਚੱਲੀ ਹੋਈ ਆ ਕੁਝ ਇੱਕ ਜਗ੍ਹਾ ਦੇ ਵਿੱਚ ਬਾਰਿਸ਼ ਚੱਲ ਰਹੀ ਸੀ ਤੇ ਬਾਟਰ ਲੌਗਿੰਗ ਦੇ ਜੋ ਚਾਂਸਸ ਆ ਉਹ ਵੱਧ ਜਾਂਦੇ ਆ ਤੇ ਬਾ ਜਿਹੜੇ ਕਿਸਾਨਾਂ ਨੂੰ ਇਹੀ ਐਡਵਾਈਸ ਜਾਈਗੀ ਕਿ ਜਿਹੜੇ ਕਿਸਾਨ ਆ ਉਹ ਪਾਣੀ ਨੂੰ ਮਤਲਬ ਜੋ ਜਿਆਦਾ ਖੜਾ ਨਾ ਹੁੰਦੇ ਕਿਉਂਕਿ ਜਿਹੜੀ ਝੋਨੇ ਦੀ ਫਸਲ ਲੱਗੀ ਆ ਜੇ ਤਾਜ਼ਾ-ਤਾਜ਼ਾ ਲੱਗੀ ਹੋਈ ਆ ਸਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਕਿੰਨੇ ਮਿਲੀਮੀਟਰ ਰੇਨ ਪਈ ਕਿਉਂਕਿ ਦੇਖਿਆ ਕਿ ਸਵੇਰ ਤੋਂ ਹੀ 2 ਘੰਟੇ ਦੀ ਬਰਸਾਤ ਤੋਂ ਬਾਅਦ ਪਾਣੀ ਜਲਸਲ ਹੋਇਆ ਪਿਆ ਸੜਕਾਂ ਦੇ ਉੱਪਰ ਵਾਟਰ ਲੌਗਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਸੀਂ ਅਗਰ ਪਿਛਲੇ 24 ਘੰਟੇ ਤੱਕ ਦੇਖੀਏ بارش ਤਾਂ ਜੋ بارش ਆ ਉਹ 30 ਤੋਂ ਲੈ ਕੇ 30 ਤੋਂ ਲੈ ਕੇ 40 ਮਿਲੀਮੀਟਰ ਤੱਕ بارش ਜੋ ਆ ਉਹ ਹੀ ਸਵੇਰੇ 4:30 ਵਜੇ ਤੱਕ ਜਿਹੜੀ بارش ਸੀ 14 ਮਿਲੀਮੀਟਰ ਸੀ ਫਿਰ ਉਸ ਤੋਂ ਬਾਅਦ ਵੀ بارش ਜੋ ਆ ਉਹ ਹੁਣ ਤੱਕ ਲੱਗੀ ਹੋਈ ਹੈ ਤਾਂ ਜੋ بارش ਆ ਉਹ ਲਗਭਗ ਜੋ 40 ਮਿਲੀਮੀਟਰ ਦੇ ਕਰੀਬ ਹੋ ਚੁੱਕੀ ਹੈ ਇਸ ਦੀ وجہ ਦੇ ਨਾਲ ਮਤਲਬ ਜੋ ਆਪਣੇ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਜਿਹੜੇ ਲੋਲਾਇੰਗ ਏਰੀਆ ਉੱਥੇ ਪਾਣੀ ਜੋ ਆ ਉਹ ਖੜਾ ਹੋ ਗਿਆ ਸਰ ਅਗਲੀ ਗੱਲ ਕਰੀ ਕਿਉਂਕਿ ਹਿਮਾਚਲ ਦੇ ਵਿੱਚ ਜੇਕਰ ਬਰਫਵਾਰੀ ਜਾਂ ਫਿਰ ਬਰਸਾਤ ਹੁੰਦੀ ਹੈ ਤਾਂ ਉਸ ਦਾ ਅਸਰ ਨਾਲ ਦੇ ਗਵਾਂਡ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇਖਣ ਨੂੰ ਮਿਲਦਾ ਹਿਮਾਚਲ ਦੇ ਵਿੱਚ ਕੀ ਸਥਿਤੀ ਹੈ ਕਿਉਂਕਿ ਜੇਕਰ ਇੱਥੇ ਮੌਨਸੂਨ ਆਇਆ ਉੱਥੇ ਬਰਸਾਤ ਹੋ ਰਹੀ ਹੈ ਉੱਥੇ ਤਾਂ ਕੱਲ ਤੋਂ ਬਰਸਾਤ ਹੋ ਰਹੀ ਹੈ हां बिल्कुल जो हिमाचल ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਕੱਲ ਹੀ ਮੌਨਸਨ ਪਹੁੰਚ ਗਿਆ ਸੀ ਔਰ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਕੰਪੈਰੀਟਿਵਲੀ ਪੰਜਾਬ ਔਰ ਹਰਿਆਣਾ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਲਗਭਗ ਡਬਲ ਜਿਹੜੀ ਬਾਰਿਸ਼ ਹੁੰਦੀ ਹੈ ਅਗਰ ਪੰਜਾਬ ਦੇ ਵਿੱਚ ਪੂਰੇ ਸੀਜ਼ਨ ਦੇ ਵਿੱਚ 450 ਮਿਲੀਮੀਟਰ ਬਾਰਿਸ਼ ਹੁੰਦੀ ਹੈ ਤਾਂ ਜਿਹੜੀ ਆਪਣੇ ਜੋ ਹਿਮਾਚਲ ਦਾ ਏਰੀਆ ਹੈ ਉਹਦੇ ਵਿੱਚ 850 ਮਿਲੀਮੀਟਰ ਬਾਰਿਸ਼ ਜੋ ਪੂਰੇ ਸੀਜ਼ਨ ਦੇ ਵਿੱਚ ਹੁੰਦੀ ਹੈ ਤਾਂ ਜਦੋਂ ਵੀ ਬਾਰਿਸ਼ ਹੁੰਦੀ ਹੈ ਪਹਾੜਾਂ ਵਿੱਚ ਕਿਉਂਕਿ ਪਹਾੜਾਂ ਦੇ ਵਿੱਚ ਪਾਣੀ ਜਿਹੜਾ ਰੁਕਦਾ ਨਹੀਂ ਹੈ ਤਾਂ ਜਿਹੜੇ ਆਪਣੇ ਪਲੇਨ ਏਰੀਆ ਦੀ ਤਰਫ ਨੂੰ ਆਂਦਾ ਜੋ ਕਿ ਪੰਜਾਬ ਦਾ ਇਲਾਕਾ ਲੱਗਦਾ ਹਰਿਆਣਾ ਦਾ ਇਲਾਕਾ ਲੱਗਦਾ ਤੇ ਉਧਰੋਂ ਪਾਣੀ ਆਂਦਾ ਹੈ ਤੇ ਜਦੋਂ ਵੀ ਮਤਲਬ ਬਾਰਿਸ਼ ਹੁੰਦੀ ਹੈ ਤੇ ਇੱਧਰ ਵੀ ਨਦੀ ਨਾਲੇ ਜਿਹੜੇ ਉਹਨਾਂ ਦਾ ਜਲਸਰ ਥੋੜਾ ਹਾਈ ਹੋ ਜਾਂਦਾ ਅ ਦੂਸਰਾ ਸਰ ਪ੍ਰੀਕਾਸ਼ਨਸ ਕੀ ਲੈਣ ਦੇ ਲੋੜ ਜਿਵੇਂ ਤੁਸੀਂ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਦੇ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ ਤੇ ਬਾਕੀ ਹੋਰ ਅਲਰਟ ਦੇ ਵਿੱਚ ਕੀ ਆ ਅੱਗੇ ਮੌਨਸੂਨ ਦਾ ਰੁਝਾਨ ਕਿੱਦਾਂ ਰਹੇਗਾ ਦੋ ਤਿੰਨ ਦਿਨ ਦਾ yellow alert ਹੈ ਉਸ ਤੋਂ ਬਾਅਦ ਹੋਰ ਕਿੰਨੀ ਕਿ ਬਰਸਾਤ ਹੋਏਗੀ ਇਸ ਵਾਰੀ ਸੀਜ਼ਨ ਦੇ ਵਿੱਚ हां ਜਦੋਂ ਆ ਵੀ ਬਾਰਿਸ਼ ਹੁੰਦੀ ਹੈ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਫਿਰ ਸੜਕਾਂ ਦੇ ਵਿੱਚ ਪਾਣੀ ਵੀ ਖੜਾ ਹੋ ਜਾਂਦਾ ਵਿਜ਼ਿਬਿਲਟੀ ਵੀ ਘਟ ਜਾਂਦੀ ਹੈਗੀ ਆ ਤੇ ਉਹਦੇ ਵਿੱਚ ਜਿਹੜੇ ਆਪਣੇ ਜਦੋਂ ਅਸੀਂ ਡਰਾਈਵ ਕਰ ਰਹੇ ਹੁੰਦੇ ਆ ਉਹ ਥੋੜਾ ਸੇਫਲੀ ਡਰਾਈਵ ਕੀਤਾ ਜਾਏ ਦੂਸਰਾ ਜਿਹੜੇ ਆਪਣੇ ਲੋਕ ਹੈਗੇ ਆ ਆਪਣੇ ਪਿਕਨਿਕ ਵਗੈਰਾ ਤੇ ਵੀ ਜਾਂਦੇ ਆ ਨਦੀ ਨਾਲਿਆਂ ਦੇ ਕੋਲ ਮਤਲਬ ਜਾਂਦੇ ਆ ਜਾਂ ਪਹਾੜਾਂ ਦੇ ਵਿੱਚ ਜਾਂਦੇ ਆ ਤੋ ਆਪਣੀ ਸੇਫਟੀ ਦਾ ਮਤਲਬ ਬਹੁਤ ਧਿਆਨ ਰੱਖਣ ਅਗਰ ਪਹਾੜਾਂ ਦੀ ਸਾਈਡ ਜਾਂਦੇ ਤੇ ਆਪਣੇ ਨਦੀ ਨਾਲਿਆਂ ਤੋਂ ਥੋੜੀ ਦੂਰੀ ਹੀ ਬਣਾ ਕੇ ਰੱਖਣ ਔਰ ਉਸ ਤੋਂ ਬਾਅਦ ਜਿਹੜੇ ਆਪਣੇ ਜੋ ਆਪਣੇ ਕਿਸਾਨ ਹੈ ਉਹ ਵੀ ਥੋੜਾ ਮਤਲਬ ਆਪਣੇ ਜੋ ਪਾਣੀ ਜਿਸ ਤਰ੍ਹਾਂ ਸਗਾ ਕੇ ਜੋ ਆਪਨੇ ਖੇਤਾਂ ਦੇ ਵਿੱਚ ਖੜਾ ਨਾ ਹੋਣ ਦੇਣ ਉਹ ਸਾਥ ਹੀ ਜਿਹੜੀ ਅੱਗੇ ਦੀ ਜਿਹੜੀ ਕਾਰਵਾਈ ਹੈ ਜਿਨ੍ਹਾਂ ਨੇ ਫਸਲਾਂ ਹਜੇ ਤੱਕ ਬੀਜ ਨਹੀਂ ਆਸੀ ਉਹਨਾਂ ਦੀ ਵੀ ਪੂਰੀ ਤਿਆਰੀ ਰੱਖਣਾ ਸਰ ਕਿੰਨਾ ਕੁ ਲੱਗਦਾ ਇਸ ਵਾਰ ਜਿਹੜੀ ਬਰਸਾਤ ਹੈ ਕਿੰਨੀ ਕੁ ਹੋਏਗੀ ਔਰ ਤੁਹਾਡੇ ਕੋਲ ਜਿਸ ਤਰੀਕੇ ਡਿਟੇਲ ਆਈ ਹੈ 3 ਦਿਨ ਤੋਂ ਬਾਅਦ ਅੱਗੇ ਹੋਰ ਕਿੰਨੀ ਕੁ ਬਰਸਾਤ ਹੋਣੀ ਹੈ ਜਿਹੜੀ ਬਾਰਿਸ਼ ਆ ਹੁਣ ਜਿਹੜੀ ਕਰੰਟ ਬਾਰਿਸ਼ ਆ ਉਹ ਦੋ ਦਿਨ ਦਾ ਜਿਸ ਤਰ੍ਹਾਂ ਸਾਡਾ ਹੈਗਾ ਕਿ ਫੋਰਕਾਸਟ ਥੋੜੀ ਜ਼ਿਆਦਾ ਹੋ ਸਕਦੀ ਉਸ ਤੋਂ ਬਾਅਦ ਬਾਰਿਸ਼ ਦੇ ਵਿੱਚ ਥੋੜੀ ਕਮੀ ਆਏਗੀ ਤਾਂ ਕਿਉਂਕਿ ਜਦੋਂ ਮੌਨਸੂਨ ਸੀਜ਼ਨ ਸਟਾਰਟ ਹੀ ਹੋਇਆ ਹੈ ਤੇ ਜਿਹੜੇ ਜੂਨ ਜੁਲਾਈ ਦਾ ਮਹੀਨਾ ਔਰ ਅਗਸਤ ਦਾ ਮਹੀਨਾ ਹੈ ਇਹਦੇ ਵਿੱਚ ਕਾਫੀ ਅੱਛੀ ਬਾਰਿਸ਼ ਹੁੰਦੀ ਹੈ ਜਿਹੜੀ ਮੇਨ ਬਾਰਿਸ਼ ਆ ਉਹ ਇਸ ਸੀਜ਼ਨ ਦੀ ਇਸੇ ਦੋ ਮਹੀਨਿਆਂ ਦੇ ਵਿੱਚ ਹੀ ਪਾਈ ਜਾਂਦੀ ਹੈ ਤੇ ਆ ਜਿਹੜੇ ਆਪਣੇ ਆਉਣ ਵਾਲੇ ਦਿਨ ਹੋਣਗੇ ਮਤਲਬ 10 ਜੁਲਾਈ ਤੱਕ ਜਿਹੜੀ ਬਾਰਿਸ਼ ਆ ਉਹ ਵਿੱਚ ਵਿੱਚ ਜਿਹੜੀ ਹੈਗੀ ਆ ਉਹ ਆਪਣੇ ਸਪੈਲਸ ਆ ਉਹ ਚੱਲਦੇ ਰਹਿਣਗੇ ਸਰ 10 ਜੁਲਾਈ ਤੋ ਤੁਸੀਂ ਦੱਸਿਆ 10 ਜੁਲਾਈ ਤੋਂ ਬਾਅਦ ਤੁਸੀਂ ਕਹਿੰਦੇ ਜੁਲਾਈ ਤੇ ਅਗਸਤ ਮਤਲਬ ਕਹਿ ਲਈ ਕਿ ਇਸ ਵਾਰ ਰੋਕ ਰੋਕ ਕੇ ਬਰਸਾਤ ਹੁੰਦੀ ਰਹੇਗੀ हां बिल्कुल क्योंकि जब भी बरसात ਦਾ ਸੀਜ਼ਨ ਆਂਦਾ ਹੈ ਤੇ ਜਿਹੜੀ ਕੰਟੀਨਿਊ ਬਾਰਿਸ਼ ਨਹੀਂ ਹੁੰਦੀ ਹੈ ਕਿਉਂਕਿ ਜਿਹੜਾ ਮੌਨਸੂਨ ਹੈ ਜਿਸ ਤਰ੍ਹਾਂ ਐਡਵਾਂਸ ਹੁੰਦਾ ਹੈ ਅੱਗੇ ਪਿੱਛੇ ਕਿਉਂਕਿ ਜਿਹੜੀ ਉੱਤਰ ਭਾਰਤ ਦੇ ਵਿੱਚ ਬਾਰਿਸ਼ ਹੁੰਦੀ ਹੈ ਜੇ ਜ਼ਿਆਦਾਤਰ ਜਦੋਂ ਆਪਣੇ ਬੀ ਆਫ ਬੰਗਾਲ ਦੇ ਵਿੱਚ ਲੋ ਪ੍ਰੈਸ਼ਰ ਏਰੀਆ ਸਿਸਟਮ ਆ ਜੋ ਫਾਰਮ ਹੁੰਦੇ ਆ ਔਰ ਫਿਰ ਹੋਰ ਸਟਰੈਂਥਨ ਹੁੰਦੇ ਆ ਤਾਂ ਫਿਰ ਇਹ ਆਪਣੇ ਵੈਸਟਵਰਡ ਮੂਵ ਕਰਦੇ ਆ ਫਿਰ ਆਪਣੇ ਜੋ ਬਿਹਾਰ ਯੂਪੀ ਕ੍ਰਾਸ ਕਰਦੇ ਹੋਏ ਪੰਜਾਬ ਹਰਿਆਣਾ ਨੂੰ ਇਫੈਕਟ ਕਰਦੇ ਆ ਤੇ ਇਹ ਜਿਹੜੇ ਸਿਸਟਮ ਆ ਜਿਸ ਤਰ੍ਹਾਂ ਜਦੋਂ ਵੀ ਮਤਲਬ ਬੰਨਨਗੇ ਫਿਰ ਆਪਨੇ ਮੂਵ ਕਰਨਗੇ ਤਾਂ ਫਿਰ بارش ਜੋਬ ਹੋਏਗੀ ਥੈਂਕ ਯੂ ਤਾਂ ਇਹ ਮੌਸਮ ਵਿਭਾਗ ਦੇ ਡਾਇਰੈਕਟਰ ਜੀ ਨੇ ਦੱਸਿਆ ਕਿ ਜਿਹੜੀ ਇਸ ਵਾਰ ਮੌਨਸੂਨ ਦੀ ਪਹਿਲੀ ਬਰਸਾਤ ਹੈ yellow alert ਕੀਤਾ ਗਿਆ 3 ਦਿਨ ਦਾ 30 ਜੂਨ ਤੋਂ ਲੈ ਕੇ 2 ਜੁਲਾਈ ਤੱਕ ਦਾ yellow alert ਔਰ ਐਡਵਾਈਜ਼ਰੀ ਜਾਰੀ ਕੀਤੀ ਗਈ ਔਰ ਖਾਸ ਤੌਰ ਤੇ ਆਪਣੇ ਕਿਸਾਨਾਂ ਦੇ ਲਈ ਕਿਉਂਕਿ ਪੈਡੀ ਸੀਜ਼ਨ ਆ ਝੋਨੇ ਦੀ ਬਜਾਈ ਹੋਈ ਹੈ ਤਾਜੀ-ਤਾਜੀ ਬਜਾਈ ਹੋਈ ਹੈ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਇਹ ਕਿਹਾ ਗਿਆ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਬੋਲੋ ਕਿ ਪਾਣੀ ਖੇਤਾਂ ਵਿੱਚ ਜ਼ਿਆਦਾ ਜਮਾ ਨਾ ਹੋਣ ਦੇਣ ਕਿਉਂਕਿ ਤੇਜ਼ ਬਰਸਾਤ ਦੀ ਚੇਤਾਵਨੀ ਔਰ ਜਿਵੇਂ ਕਿ ਅਸਰ ਬਿਤੇਰਾ ਚੰਡੀਗੜ੍ਹ ਦੇ ਵਿੱਚ ਦਿੱਲੀ ਦੇ ਵਿੱਚ ਵੀ ਗੱਲ ਕਰੀਏ ਹਿਮਾਚਲ ਦੇ ਵਿੱਚ ਵੀ ਗੱਲ ਕਰੀਏ ਲਗਾਤਾਰ ਪਿਛਲੇ 12 ਤੋਂ 24 ਘੰਟਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਵਿੱਚ ਸੜਕਾਂ ਦੇ ਉੱਪਰ ਪਾਣੀ ਭਰਿਆ ਹੋਇਆ ਔਰ ਲੋਕਾਂ ਨੂੰ ਵੀ ਇਹੀ ਹੈ ਕਿ ਜਿਹੜੀ ਡਰਾਈਵ ਕਰਨੀ ਹੈ ਬਹੁਤ ਧਿਆਨ ਨਾਲ ਕਰਨ ਕਿਉਂਕਿ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਔਰ ਹਲੇ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਰੀ ਬਰਸਾਤ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੈਮਰਾਮੈਨ ਸੰਦੀਪ ਦੇ ਨਾਲ ਭੁੱਲੋਜੀਤ ਸਿੰਘ এবੀਪੀਸਾਂ ਜਾਂ